ਜਿਹੜੀ ਮਰਜ਼ੀ ਸਰਕਾਰ ਲੈਓ ਜਿੰਨੂੰ ਮਰਜ਼ੀ ਬਦਲੋ ਤੁਹਾਡਾ ਨਸ਼ਾ ਨਹੀਂ ਖਤਮ ਹੋਣਾ ਸਨੀ ਸਾਹਿਬ ਕਹਿੰਦੇ ਜਦੋਂ ਸਾਨੂੰ ਮੌਕਾ ਮਿਲਿਆ ਸਿੱਧੂ ਸਾਹਿਬ ਕਹਿੰਦੇ ਆ ਚੱਕੋ ਅਸੀਂ ਮਜੀਠੀ ਦੇ ਪਰਚਾ ਦਿੱਤਾ ਤੇ ਮਜੀਠੀ ਆਫਰਾਰਾ ਜਮਾਨਤ ਵੀ ਨਹੀਂ ਮਿਲੇ ਇਸਦਾ ਕਾਰਵਾਈ ਕਰਤੀ ਉਹ ਕਹਿੰਦੇ ਕੈਪਟਨ ਨੇ ਕਾਰਵਾਈ ਨਹੀਂ ਕੀਤੀ ਅੱਜ ਮਜੀਠੀਆ ਤੁਸੀਂ ਫੜ ਕੇ ਅੰਦਰ ਦੇ ਦਿਓ ਜੀ ਫਿਰ ਪੰਜਾਬ ਦੇ ਬੱਚੇ ਕੀ ਗਰੰਟੀ ਹੈ ਜੀ ਨਸ਼ਾ ਕਰਨੋਂ ਵੜ ਜਾਣਗੇ ਅੱਜ ਜੇ ਮਜੀਠੀਏ ਦੇ ਮੇਰੇ ਖਾਲੋਂ ਭਗੌੜਾ ਉਹ ਬੱਚੇ ਆਇਆ ਤੇ ਕੀ ਪੰਜਾਬ ਦੇ ਵਿੱਚ ਨਸ਼ਾ ਨਹੀਂ ਆ ਰਿਹਾ ਮਜੀਠੀਏ ਨੇ ਕੋ ਗਲੀ ਗਲੀ ਸਮੈਗ ਨਹੀਂ ਵਿੱਚੀ ਮਜੀਠੀਏ ਨੇ ਕੋ ਆਪਣੀ ਗੱਡੀ ਦੇ ਵਿੱਚ ਸਮੈਗ ਨਹੀਂ ਢੋਈ ਪਰ ਉਹਦਾ ਦੋਸ਼ ਕੀ ਆ ਕਿ ਜਿਹੜੇ ਬੰਦੇ ਉਹਦੇ ਕੋਲ ਆਉਂਦੇ ਰਹੇ ਉਹਨੂੰ ਹੋ ਸਕਦਾ ਨਾ ਪਤਾ ਹੋਵੇ ਉਹ ਮਤਲਬ ਡਰੱਗ ਦਾ ਕਾਰੋਬਾਰ ਕਰਦੇ ਨੇ ਉਹਦੀਆਂ ਜੋ ਫੋਟੋਜ਼ ਆਉਂਦੀਆਂ ਨੇ ਤੇ ਕੱਲਾ ਮਜੀਠੀਆ ਦੋਸ਼ੀ ਆ ਆ ਸਾਡੇ ਸ਼ਹਿਰ ਦੇ ਵਿੱਚ ਇੱਕ ਐਮਐਲਏ ਆ ਇੰਦਰਬੀਰ ਬਲਾਰੀਆ ਜੋ ਮਜੀਠੀਏ ਨੇ ਕੀਤਾ ਸੇਮ ਉਹਦੇ ਨਾਲ ਸੀਗਾ ਉਹੋ ਹੀ ਜਿਹੜੇ ਸਮਗਦਰ ਨੇ ਉਹ ਸੱਤਾ ਪਿੰਦੀ ਇਹਦੇ ਨਾਲ ਫੋਟੋਆਂ ਸੀਗੀਆਂ ਸ਼ਰਾਬ ਇਹਦੇ ਨਾਲ ਉਹ ਪੀਂਦੇ ਰਹੇ ਫੋਟੋਆਂ ਉਹਨਾਂ ਨਾਲ ਵੀ ਆਈਆਂ ਨੇ ਫਿਰ ਉਹਨਾਂ ਦੇ ਉੱਤੇ ਪਰਚੇ ਕਿਉਂ ਨਹੀਂ ਦਿੱਤੇ ਜਾ ਰਹੇ ਮਤਲਬ ਰੋਜ਼ ਹੀ ਜਾ ਕੇ ਹੁੰਦੀਆਂ ਨੇ ਨਾ ਇੱਥੇ ਜਿਹਦਾ ਯੋਰ ਚੱਲਦਾ ਉਹ ਦੂਜੇ ਨੂੰ ਠੋਕ ਦਿੰਦਾ ਉਹ ਆਉਣਗੇ ਉਹ ਨੂੰ ਠੋਕ ਦੇਣਗੇ ਮੈਂ ਅੱਗੇ ਕਈ ਵਾਰੀ ਕਿਹਾ ਸੀਗਾ ਕਿ ਨਸ਼ਾ ਜਿਹੜਾ ਕੋ ਮਾਂ ਦੇ ਪੇਟ ਚੋਂ ਕਰਕੇ ਨਹੀਂ ਆਉਂਦਾ ਨਸ਼ਾ ਜਦੋਂ ਬੱਚਾ ਪਲੱਸ 2 ਕਰ ਜਾਂਦਾ ਹੈ ਮਾਂ-ਬਾਪ ਦੇ ਪੈਸੇ ਖਰਚ ਹੁੰਦੇ ਨੇ ਉਹਦੇ ਉੱਤੇ ਪੈਸਾ ਖਰਚ ਹੁੰਦਾ ਉਹਨੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਟਾਈਮ ਜਿਹੜਾ ਆਪਣੀ ਪੜ੍ਹਾਈ ਦੇ ਉੱਤੇ ਲਾਇਆ ਹੁੰਦਾ ਪੜਨ ਤੋਂ ਬਾਅਦ ਉਹਨੂੰ ਕੋ ਕੰਮ ਨਹੀਂ ਮਿਲਦਾ ਉਹ ਬੰਦਾ ਥੋੜਾ ਮੈਂਟਲੀ ਅਪਸੈਟ ਹੁੰਦਾ ਦਿਮਾਗ ਦੇ ਉੱਤੇ ਬੋਝ ਹੁੰਦਾ ਤੇ ਸਾਡੇ ਪੰਜਾਬੀਆਂ ਦੀ ਇੱਕ ਖਾਸ ਆਦਤ ਹੈ ਕਿ ਜਦੋਂ ਬੱਚਾ ਕੋ ਵਿਹਲਾ ਹੈ ਉਹਦਾ ਕੰਮ ਦੇ ਵਿੱਚ ਜਦੋਂ ਉਹ ਧਿਆਨ ਨਹੀਂ ਲੱਗਦਾ ਤਾਂ ਸ਼ਰਾਬ ਤੋਂ ਆਪਣੀ ਜਿਹੜਾ ਉਹ ਨਸ਼ਾ ਸ਼ੁਰੂ ਕਰਦਾ ਸ਼ਰਾਬ ਬੀਅਰ ਤੋਂ ਦੀ ਸਾਥੀ ਕਹਿ ਦਿੰਦੇ ਯਾਰ ਬੜਾ ਪਰੇਸ਼ਾਨ ਆ ਇੱਕ ਪੈਗ ਲਾ ਕੋਈ ਗੱਲ ਨਹੀਂ ਉੱਥੋਂ ਸ਼ੁਰੂ ਕਰਦਾ ਤੇ ਪਹੁੰਚਦਾ 5-10 ਸਮੈਕ ਤੇ ਪਹੁੰਚ ਜਾਂਦਾ ਤੁਸੀਂ ਦੇਖੋ ਜਦੋਂ ਬੱਚੇ ਨੂੰ ਪੜਾਈ ਕਰ ਲਈ ਕੋਈ ਕਾਰੋਬਾਰ ਨਹੀਂ ਮਿਲਣਾ ਕੁਝ ਨਹੀਂ ਮਿਲਣਾ ਉਹਨੂੰ ਤੇ ਉਸ ਤੋਂ ਬਾਅਦ ਸਾਡੇ ਪੰਜਾਬੀਆਂ ਦੀ ਆਦਤ ਆ ਤੇ ਇਹ ਕਹਿੰਦੇ ਨੇ ਇਹਦਾ ਵਿਆਹ ਕਰ ਦਿਓ ਯਾਰ ਸ਼ਾਇਦ ਸੁਧਰ ਜੇਗਾ ਵਿਆਹ ਤੋਂ ਬਾਅਦਾਂ ਬੱਚਿਆਂ ਦਾ ਬੋਝ ਪਰਿਵਾਰ ਦਾ ਬੋਝ ਉਸ ਤੋਂ ਬਾਅਦ ਆਉਦੇ ਦਿਮਾਗ ਤੇ ਇੰਨੀ ਜ਼ਿਆਦਾ ਟੈਨਸ਼ਨ ਹੈ ਨਸ਼ਾ ਇੱਥੋਂ ਸ਼ੁਰੂ ਹੁੰਦਾ ਲੋਕਾਂ ਕੋਲ ਰੁਜ਼ਗਾਰ ਹੋਵੇ ਲੋਕਾਂ ਕੋਲ ਕੰਮਕਾਰ ਹੋਵੇ ਲੋਕਾਂ ਕੋਲ ਕੋਈ ਨੌਕਰੀ ਹੋਵੇ ਉਹਨਾਂ ਨੂੰ ਮੈਨੂੰ ਦੱਸੋ ਕਿਹੜਾ ਬੱਚਾ ਕੋ ਨਸ਼ਾ ਕਰੂਗਾ ਉਹਨੂੰ ਕੀ ਨਸ਼ਾ ਕਰਨ ਦੀ ਲੋੜ ਹੈ ਇਹ ਮੁੱਢਲੀਆ ਜੜਾਂ ਤੱਕ ਜਾਣ ਦੀ ਲੋੜ ਹੈ ਨਾ ਕਿ ਤੁਸੀਂ ਕਹੋ ਵੀ ਇਹਨੇ ਨਸ਼ਾ ਲਿਆਂਦਾ ਇਹਨੂੰ ਨਸ਼ਾ ਫੜ ਕੇ ਖਤਮ ਕਰਦੀਏ ਕਦੀ ਵੀ ਤੁਹਾਡਾ ਨਸ਼ਾ ਬਾਰ ਬਾਰ ਫੜ ਕੇ ਨਹੀਂ ਖਤਮ ਆਜੂ ਮੇਰੇ ਖਾਲ ਬੜੀ ਵੱਡੀ ਖੇਪ ਪੜੀ ਹੈ ਤੇ ਕੀ ਪੰਜਾਬ ਦੇ ਬੱਚੇ ਨਸ਼ਾ ਕਰ ਰਹੇ ਨੇ 1 ਕਰਬ 65 ਕਰੋੜ ਦੀ 1 ਕਰਬ 65 ਕਰੋੜ ਦੀ ਉਹ ਸਾਡੇ ਬੱਚਿਆਂ ਦੇ ਉੱਤੇ ਹੀ ਖप्त ਹੋਣਾ ਸੀ ਨਾ ਕਿਤੇ ਨਾ ਕਿਤੇ ਤੁਸੀਂ ਇਹਦੀ ਮੁੱਢਲੀ ਜੜ ਤੱਕ ਮੁੱਢਲੀ ਤੈ ਤੱਕ ਕਿਉਂ ਨਹੀਂ ਜਾਂਦੇ ਕਿ ਇਹਨੂੰ ਖਤਮ ਕਰਨ ਦਾ ਤਰੀਕਾ ਕੀ ਤੁਸੀਂ ਦੱਸੋ ਖਤਮ ਕਿਵੇਂ ਹੋਊਗਾ ਤੁਸੀਂ ਸਾਰਿਆਂ ਦੇ ਵਿੱਚ ਰਹੋ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਕਿਹਾ ਵੱਡੇ ਵੱਡੇ ਲੀਡਰਾਂ ਤੇ ਇਲਜ਼ਾਮ ਲੱਗੇ ਤੇ ਕਾਂਗਰਸ ਆਈ ਆ ਹੁਣ ਉਹ ਕਹਿ ਰਹੀ ਆ ਜਦੋਂ ਚੰਨੀ ਸਾਹਿਬ ਕਹਿੰਦੇ ਜਦੋਂ ਸਾਨੂੰ ਮੌਕਾ ਮਿਲਿਆ ਸਿੱਧੂ ਸਾਹਿਬ ਕਹਿੰਦੇ ਆ ਚੱਕੋ ਅਸੀਂ ਮਜੀਠੀ ਦੇ ਪਰਚਾ ਦਿੱਤਾ ਤੇ ਮਜੀਠੀ ਆਫਰਾਰ ਆ ਜਮਾਂਤ ਵੀ ਨਹੀਂ ਮਿਲੇ ਇਸ ਦਾ ਕਾਰਵਾਈ ਕਰਤੀ ਉਹ ਕਹਿੰਦੇ ਕੈਪਟਨ ਨੇ ਕਾਰਵਾਈ ਨਹੀਂ ਕੀਤੀ ਮੈਨੂੰ ਅੱਜ ਮਜੀਠੀਆ ਤੁਸੀਂ ਫੜ ਕੇ ਅੰਦਰ ਦੇ ਦਿਓ ਜੀ ਫਿਰ ਪੰਜਾਬ ਦੇ ਬੱਚੇ ਕੀ ਗਰੰਟੀ ਹੈ ਦੀ ਨਸ਼ਾ ਕਰਨ ਉਹੜ ਜਾਣਗੇ ਅੱਜ ਜੇ ਮਜੀਠੀਏ ਦੇ ਮੇਰੇ ਖਿਆਲੋਂ ਪਘੋੜਾ ਹੈ ਉਹ ਬੱਚੇ ਆਇਆ ਤੇ ਕੀ ਪੰਜਾਬ ਦੇ ਵਿੱਚ ਨਸ਼ਾ ਨਹੀਂ ਆ ਰਿਹਾ ਅੱਜ ਤੁਸੀਂ ਦੱਸ ਰਹੇ ਹੋ ਕਿ 1 ਕਰੋੜ 65 ਲੱਖ ਦੀ ਜਿਹੜੀ ਉਹ ਖੇਪ ਆਈ ਹੈ ਮੈਂ ਫਿਰ ਤੁਹਾਨੂੰ ਕਿੰਨਾ ਕਿ ਇਹਦਾ ਮੁੱਢਲਾ ਕਾਰਨ ਕੀ ਹੈ ਬੱਚੇ ਰੋਜ਼ਗਾਰ ਮੰਗਦੇ ਨੇ ਨਸ਼ਾ ਜਿਹੜਾ ਤੁਹਾਡੇ ਸਟ्रेस ਤੋਂ ਸ਼ੁਰੂ ਹੁੰਦਾ ਤੁਹਾਡੀ ਟੈਨਸ਼ਨ ਤੋਂ ਸ਼ੁਰੂ ਹੁੰਦਾ ਤੇ ਜਦੋਂ ਪਹਿਲਾਂ ਕਿ ਬੱਚੇ ਦਵਾਈਆਂ ਖਾ ਲੈਂਦੇ ਨੇ ਕੋਈ ਹਾਂ ਦਿਮਾਗ ਤੇ ਬੜਾ ਮੋੜ ਰੂੰਦਾਂ ਦਾ ਸ਼ਰਾਬ ਸਮੈਕ ਤੱਕ ਫੀਮ ਤੱਕ ਪਹੁੰਚ ਜਾਂਦਾ ਮੁੱਢਲੀ ਜ਼ਰੂਰਤ ਕੀ ਹੈ ਬੱਚਿਆਂ ਨੂੰ ਕਾਰੋਬਾਰ ਚਾਹੀਦਾ ਜੋ ਬੱਚੇ ਇੱਥੇ ਹਾਲਾਤ ਕੀ ਨੇ ਤੁਸੀਂ ਬੀਏ ਕੀਤੀ ਤੁਸੀਂ ਐਮਏ ਕੀਤੀ ਤੁਸੀਂ ਪੀਐਚਡੀ ਕੀਤੀ ਹੈ ਤੇ ਇੱਥੇ ਕਈ ਲੋਕ ਰੇੜੀਆਂ ਲਾਉਂਦੇ ਫਿਰਦੇ ਨੇ ਇੱਕ ਮੈਨੂੰ ਹੁਣ ਪਤਾ ਲੱਗਾ ਇੱਕ ਦਿਨ ਮੈਂ ਲਾਕਡਾਊਨ ਦੇ ਵਿੱਚ ਇੱਕ ਬੰਦੇ ਦਾ ਕੰਮ ਬੰਦ ਹੋਇਆ ਤੇ ਉਹ ਮਰੂਤੀ ਕਾਰ ਪੁਰਾਣੀ ਲੈ ਕੇ ਤੇ ਉਹਦੇ ਵਿੱਚ ਬਿਸਕਟਸ ਵੇਚ ਰਿਹਾ ਸੀਗਾ ਆਪ ਮਤਲਬ ਬਣਾ ਕੇ ਮੈਂ ਕਿਹਾ ਭਾਈ ਸਾਹਿਬ ਕਿੱਦਾਂ ਬਹੁਤ ਵਧੀਆ ਨੇ ਕੰਧਾ ਜੀ ਲੌਕਡਾਊਨ ਦੇ ਵਿੱਚ ਮੈਂ ਆਈਟੀ ਦਾ ਕੰਮ ਕਰਦਾ ਸੀਗਾ ਉਸ ਤੋਂ ਬਾਅਦ ਆ ਖਤਮ ਹੋਇਆ ਮੇਰੇ ਤੇ ਕੋਈ ਕਰਜ਼ਾ ਚੜਿਆ ਤੇ ਮੈਂ ਆ ਕੰਮ ਕਰਨਿਆ ਜਦੋਂ ਕਈ ਲੋਕ ਤੇ ਮਤਲਬ ਇਸ ਚੀਜ਼ ਨੂੰ ਚੈਲੰਜ ਅਕਸੈਪਟ ਕਰ ਲੈਂਦੇ ਨੇ ਤੇ ਕਈ ਜਿਹੜੇ ਬੱਚੇ ਨੇ ਉਹਨਾਂ ਦਾ ਸਟੇਟਸ ਸਟੈਂਡਰਡ ਇੰਨਾ ਪੜਨ ਤੋਂ ਬਾਅਦ ਉਹਨੇ ਸੋਚਿਆ ਹੁੰਦਾ ਯਾਰ ਮੈਂ ਡੀਸੀ ਲੱਗਣਾ ਮੈਂ ਮਤਲਬ ਐਸਐਸਪੀ ਲੱਗਣਾ ਹੈ ਮੈਂ ਤਹਿਸੀਲਦਾਰ ਲੱਗਣਾ ਜਦੋਂ ਉੱਥੇ ਤੱਕ ਪਹੁੰਚ ਦੇਣੀ ਉਹ ਚੀਜ਼ ਨਹੀਂ ਮਤਲਬ ਉਹਨਾਂ ਨੂੰ ਮਿਲਦੀ ਜੋ ਨਹੀਂ ਸੋਚਦਾ ਤੂੰ ਸੋਚਦਾ ਮੈਂ ਆਹ ਕਾਰੋਬਾਰ ਕਰੂੰਗਾ ਪਰ ਕੇ ਨਹੀਂ ਉਹਨਾਂ ਨੂੰ ਮਿਲ ਰਿਹਾ ਤੇ ਉਹਨਾਂ ਦਾ ਧਿਆਨ ਨਸ਼ੇ 'ਚ ਜਾਂਦਾ ਮਤਲਬ ਲੋਕਾਂ ਨੂੰ ਕਾਰੋਬਾਰ ਤੇ ਰੁਜ਼ਗਾਰ ਦਿਓ ਨਸ਼ਾ ਇਦਾਂ ਖਤਮ ਹੋਣਾ ਜਿਹੜੀ ਮਰਜ਼ੀ ਸਰਕਾਰ ਲਾਓ ਜਿੰਨੂੰ ਮਰਜ਼ੀ ਬਦਲ ਲਓ ਤੁਹਾਡਾ ਨਸ਼ਾ ਨਹੀਂ ਖਤਮ ਹੋ ਸਕਦਾ ਜੀਠੀਆਂ ਤੇ ਹੋਈ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਕਿਉਂਕਿ ਆਮ ਆਦੀ ਪਾਰਟੀ ਬੀਜੇਪੀ ਆਖ ਰਹੀ ਹੈ ਕਿ ਕਾਂਗਰਸ ਨੇ ਸਿਆਸੀ ਲਾਹਾ ਲੈਣ ਦੇ ਲਈ ਵੋਟਾਂ ਦੇ ਕੋਲ ਆ ਕੇ ਪਹਿਲਾਂ ਰਲ ਤੇ ਹੁਣ ਵੋਟਾਂ ਦੀ ਨਿਡਾਕੇ ਕਾਰਵਾਈ ਕੀਤੀ ਆ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਮੇਰਾ ਇੱਕ ਮੰਨਣਾ ਹੈ ਕਿ ਜਿਹੜਾ ਬੰਦਾ ਦੋਸ਼ੀ ਹੈ ਮੈਂ ਅੱਜ ਤੋਂ ਮਤਲਬ ਕਈ ਮਤਲਬ ਸਾਲਾਂ ਤੋਂ ਬੋਲਦਾ ਵਾਂ ਜਦੋਂ ਇਹ ਇਨਕੁਆਇਰੀ ਚੱਲ ਰਹੀ ਸੀ ਜਦੋਂ ਮਤਲਬ ਨਰਿੰਜਨ ਸਿੰਘ ਹੋਣਾ ਨੇ ਆਪਣੀ ਰਿਪੋਰਟ ਦਿੱਤੀ ਜਦੋਂ ਸੈਟ ਨੇ ਆਪਣੀ ਰਿਪੋਰਟ ਤਿਆਰ ਕੀਤੀ ਤੇ ਮੈਂ ਇੱਕ ਗੱਲ ਕਹੀ ਸੀ ਕਿ ਮਜੀਠੀਏ ਨੇ ਕੋ ਗਲੀ ਗਲੀ ਸਮੈਗ ਨਹੀਂ ਵੇਚੀ ਮਜੀਠੀਏ ਨੇ ਕੋ ਆਪਣੀ ਗੱਡੀ ਦੇ ਵਿੱਚ ਸਮੈਗ ਨਹੀਂ ਢੋਈ ਪਰ ਉਹਦਾ ਦੋਸ਼ ਕੀ ਹੈ ਅੱਜ ਪਰਚਾ ਵੀ ਉਹਨਾਂ ਉਹਨਾਂ ਤਰਾਵਾਂ ਦੇ ਹੱਥੀ ਦਿੱਤਾ ਗਿਆ ਉਹਦਾ ਦੋਸ਼ ਇਹਨਾਂ ਹੈ ਕਿ ਜਿਹੜੇ ਬੰਦੇ ਉਹਦੇ ਕੋਲ ਆਉਂਦੇ ਰਹੇ ਉਹਨੂੰ ਹੋ ਸਕਦਾ ਨਾ ਪਤਾ ਹੋਵੇ ਉਹ ਮਤਲਬ ਡਰੱਗ ਦਾ ਕਾਰੋਬਾਰ ਕਰਦੇ ਨੇ ਜਦੋਂ ਰੈਲੀ ਹੋਣੀ ਤੇ ਉਹ ਕਹਿਣ ਮਜੀਠੀਆ ਸਾਹਿਬ ਵੱਲੋਂ 50 ਲੱਖ ਜਦੋਂ ਚੋਣ ਹੈ ਤੇ ਉਹ ਕਹਿਣ ਵੱਲੋਂ 50 ਲੱਖ ਰੁਪਈਆ ਜਦੋਂ ਉਹਨਾਂ ਕੋਲੋਂ ਤੁਸੀਂ ਪੈਸੇ ਲਏ ਤੁਸੀਂ ਬੰਦੇ ਦਾ ਪਛੋਕੜ ਵੀ ਨਹੀਂ ਦੇਖਿਆ ਕਿ ਇਹ ਕੌਣ ਹੈ ਮੈਂ ਕਹਿੰਨਾ ਮਜੀਠੀਆ ਇਕੱਲਾ ਨਹੀਂ ਇਹ 100% ਪੋਲੀਟਿਸ਼ੀਨ ਦੀ ਆਦਤ ਆ ਕਿ ਜਿਹੜਾ ਆਵੇ ਫੰਡ ਚੁੱਪਚੀ ਪੀਤੇ ਰੱਖ ਲੈਂਦੇ ਨੇ ਉਹਨੂੰ ਵੀ ਪਤਾ ਲੱਗਦਾ ਕਾਲਾ ਚੋਰ ਐ ਠੱਗ ਐ ਕਿੱਥੋਂ ਲਿਆਇਆ ਪੈਸੇ ਲੈ ਲੈਂਦੇ ਨੇ ਉੱਥੋਂ ਤੱਕ ਵੀ ਤੇਰਾ ਕੋਈ ਦੋਸ਼ ਨਹੀਂ ਉਸ ਤੋਂ ਬਾਅਦਾਂ ਤੂੰ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਤੂੰ ਆਪਣੀਆਂ ਗੱਡੀਆਂ ਵਰਤਣ ਦੀ ਦਿੱਤੀਆਂ ਤੂੰ ਉਹਨਾਂ ਨੂੰ ਮਤਲਬ ਸਰਕਾਰੀ ਰਹਿਸ਼ਤੇ ਵੀ ਉਹ ਤੇਰੀ ਤੇ ਰਹਿੰਦੇ ਰਹੇ ਇੱਕ ਤੰਤਰ ਨਾਲ ਤੇ ਖਲਵਾੜ ਕੀਤਾ ਗਿਆ ਨਾ ਜਿਹੜਾ ਕੰਮ ਤੇਰੇ ਲਈ ਸੀਗਾ ਮਤਲਬ ਜੋ ਜੋ ਸੁਵਿਧਾਵਾਂ ਤੈਨੂੰ ਮਿਲੀਆਂ ਸੀਗੀਆਂ ਫੈਸਿਲਿਟੀਆਂ ਉਹ ਉਹਨਾਂ ਲੋਕਾਂ ਨੇ ਵਰਤੀਆਂ ਔਰ ਉਹਦੀ ਆੜ ਦੇ ਵਿੱਚ ਧੰਦਾ ਕੀਤਾ ਤੇ ਤੇਰਾ ਦੋਸ਼ ਬਣਦਾ ਕਿਉਂਕਿ ਤੁਸੀਂ ਤੰ ਸਰਕਾਰੀ ਤੰਤਰ ਹੈ ਜਾਂ ਫੈਸਿਲਟੀਆਂ ਇਹਨਾਂ ਨੂੰ ਸਮਝਿਆ ਹੀ ਨਹੀਂ ਇਹਨਾਂ ਨੂੰ ਤੁਸੀਂ ਸਮਝਿਆ ਫੋਰ ਗਰੰਟਡ ਲਿਆ ਉਹਨੂੰ ਜ਼ਿੰਮੇਵਾਰੀ ਦੇ ਤਹਿਤ ਜੋ ਤੁਹਾਨੂੰ ਵਰਤਣਾ ਚਾਹੀਦਾ ਸੀ ਤੁਸੀਂ ਵਰਤਿਆ ਨਹੀਂ ਤੁਸੀਂ ਉਹਨੂੰ ਖੁੱਲ੍ਹੇ ਆਮ ਵਰਤਿਆ ਇਹ ਤੁਸੀਂ ਇਹ ਤੁਸੀਂ ਆਖ ਰਹੇ ਹੋ ਅਕਾਲੀ ਦਲ ਤਾਂ ਆਖ ਰਿਹਾ ਨਰੋਲ ਸਿਆਸੀ ਜਿਹੜੀ ਕਾਰਵਾਈ ਕੀਤੀ ਗਿਆ ਤੁਸੀਂ ਆਖ ਰਹੇ ਹੋ ਇਕਾਲੀ ਦਲ ਸਾਰੇ ਚੀਜ਼ਾਂ ਨੂੰ ਡਿਨਾਈ ਕਰ ਰਿਹਾ ਕਿਸੇ ਕਿਸੇ ਬੰਦੇ ਦੇ ਉੱਤੇ ਵੀ ਅੱਜ ਮੇਰੇ ਉੱਤੇ ਕੋਈ ਦੋਸ਼ ਲੱਗਣਗੇ ਮਤਲਬ ਤੇ ਮੈਂ ਵੀ ਇਹੋ ਕਹੂੰਗਾ ਨਾ ਕਿ ਇਹ ਨਰੋਲ ਸਿਆਸੀ ਹੈ ਇਹ ਇਨ੍ਹਾਂ ਚੀਜ਼ਾਂ 'ਚ ਨਹੀਂ ਪੈਣਾ ਚਾਹੀਦਾ ਤੁਸੀਂ ਤੈਹ ਤੱਕ ਤੇ ਜਾਓ ਉਹਦੀਆਂ ਜੋ ਫੋਟੋਜ਼ ਆਉਂਦੀਆਂ ਨੇ ਤੇ ਕੱਲਾ ਮਜੀਠੀਆ ਦੋਸ਼ੀ ਹੈ ਆ ਸਾਡੇ ਸ਼ਹਿਰ ਦੇ ਵਿੱਚ ਇੱਕ ਐਮਐਲਏ ਇੰਦਰਬੀਰ ਬਲਾਰੀਆ ਜੋ ਮਜੀਠੀਏ ਨੇ ਕੀਤਾ ਸੇਮ ਉਹਦੇ ਨਾਲ ਸੀਗਾ ਉਹੋ ਹੀ ਜਿਹੜੇ ਸਮਗਦਰ ਨੇ ਉਹ ਸੱਤਾ ਪਿੰਦੀ ਇਹਦੇ ਨਾਲ ਫੋਟੋਆਂ ਸੀਗੀਆਂ ਉਹ ਸ਼ਰਾਬ ਵੀ ਪੀਂਦੇ ਸੀਗੇ ਉਹ ਸਾਰਾ ਕੁਝ ਮਤਲਬ ਕਰਦੇ ਸੀਗੇ ਮਜੀਠੀਆ ਮੇਰਾ ਖਿਆਲ ਮੈਂ ਨਾਨ-ਵੈਜੀਟੇਰੀਅਨ ਬੰਦਾ ਜਿੰਨਾ ਕ ਮੈਂ ਉਹਨੂੰ ਜਾਣਦਾ ਉਹ ਸ਼ਰਾਬ ਨਹੀਂ ਪੀਂਦਾ ਸ਼ਰਾਬ ਇਹਦੇ ਨਾਲ ਉਹ ਪੀਂਦੇ ਰਹੇ ਫੋਟੋਆਂ ਉਹਨਾਂ ਨਾਲ ਵੀ ਆਈਆਂ ਨੇ ਫਿਰ ਉਹਨਾਂ ਦੇ ਉੱਤੇ ਪਰਚੇ ਕਿਉਂ ਨਹੀਂ ਦਿੱਤੇ ਜਾ ਰਹੇ ਮਤਲਬ ਰੋਜ਼ ਹੀ ਜਾ ਕੇ ਹੁੰਦੀਆਂ ਨੇ ਨਾ ਇੱਥੇ ਜਿਹਦਾ ਯੋਰ ਚੱਲਦਾ ਉਹ ਦੂਜੇ ਨੂੰ ਠੋਕ ਦਿੰਦਾ ਉਹ ਆਉਣਗੇ ਉਹ ਇਹਨੂੰ ਠੋਕ ਦੇਣਗੇ ਤੁਸੀਂ ਬਲਾਰੀਏ ਤੇ ਵੀ ਗੰਭੀਰ ਇਲਜ਼ਾਮ ਲਾ ਰਹੇ ਹੋ ਤੁਹਾਡੇ ਦੇ ਮਾਮਲਾ ਦਰਜ ਕਰਾ ਸਕਦੇ ਮਾਨਹਾਨੀ ਦਾ ਮੈਂ ਕਿਹਾ ਜੀ ਜੀ ਸਦਕੇ ਕਰਾਉਣ ਮੈਂ ਤੇ ਇਹ ਕਿਹਾ ਕਿ ਉਹਨਾਂ ਲੋਕਾਂ ਦੀਆਂ ਫੋਟੋਜ਼ ਉਹਦੇ ਨਾਲ ਵੀ ਹੈਗੀਆਂ ਨੇ ਠੀਕ ਹੈ ਜੀ ਉਹ ਦੋਸ਼ ਦੇ ਤਹਿਤ ਉਹ ਉਹਦੇ ਘਰ ਵੀ ਰਹਿੰਦਾ ਰਿਹਾ ਉਹ ਉਹਦੇ ਨਾਲ ਵੀ ਫਿਰਦਾ ਤੁਰਦਾ ਰਿਹਾ ਫਿਰ ਮਜੀਠੀਆ ਕੱਲਾ ਕਿਉਂ ਉਹਦੇ ਉੱਤੇ ਵੀ ਨਾਲ ਪਰਚਾ ਦਰਜ ਹੋਣਾ ਚਾਹੀਦਾ